ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜੀ ਵਿਦਾਰ ਕਿਥੋਂ ਅਸਲਾਮ ਅਲੈਕਮ ਤੁਸੀਂ ਦੇਖ ਰਹੇ ਯੂਟਿਊਬ ਚੈਨਲ ਜੱਟ 3T4 ਉਮੀਦ ਕਰਨਾ ਸਭ ਠੀਕ ਹੋਗੇ ਅੱਲਾ ਫਜ਼ਲ ਔਰ ਕਰਮ ਸੇ ਅੱਜ ਕਾ ਵਲੋਗ ਕਰਤੇ ਹੈ ਸਟਾਰਟ ਮੈਂ ਆਇਆ ਹੂੰ ਇੱਧਰ ਮੁਰੱਬੇ ਵੱਲ ਮੌਸਮ ਵੀ ਅੱਜ ਬਹੁਤ ਪਿਆਰਾ ਹੈ ਮਾਸ਼ਾਅੱਲਾ ਬੱਦਲ ਹੋਏ ਠੰਡੀ ਠੰਡੀ ਹਵਾ ਚੱਲ ਰਹੀ ਕੱਲ੍ਹ ਹੋਈ ਹੈ ਸਾਡੇ ਬਾਰਿਸ਼ ਰਹਿਮਤ ਦੀ ਬਸ ਹਲਕੀ ਜਿਹੀ ਹੋਈ ਹੈ ਸ਼ੁਕਰ ਅਲਹਮਦੁਲਿਲਾ ਫਸਲਾਂ ਖੁਸ਼ਵਾਰ ਹੋ ਗਈਆਂ ਨੇ ਅਤੇ ਵੀਡੀਓ ਸਟਾਰਟ ਕਰਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਰਨੇ ਆ ਵੀਡੀਓ ਸਟਾਰਟ ਮੈਂ ਆਇਆ ਮੁਰੱਬੇ ਨੂੰ ਨਾਲੇ ਮੈਂ ਧੰਨਵਾਦ ਦਿਖਾਉਂਦਾ ਨਰਮਾ ਮਾਸ਼ਾਅੱਲਾ ਬੜੇ ਬੜੇ ਹੋ ਗਏ ਨੇ ਨਰਮੇ ਟਿੰਡੇ ਲੱਗ ਗਏ ਨੇ ਤੁਹਾਨੂੰ ਆਪਣੇ ਨਰਮਾ ਦਿਖਾਉਂਦਾ ਮੈਂ ਆ ਗਿਆ ਨਰਮੇ 'ਚ ਮਾਸ਼ਾਅੱਲਾ ਚੈੱਕ ਕਰੋ ਟਿੰਡਾ ਲੱਗਾ ਖੜਾ ਨਰਮੇ ਨੂੰ ਹੋਰ ਲੱਗ ਰਿਹਾ ਜੇ ਅਤੇ ਮਾਸ਼ਾਅੱਲਾ ਕੱਲ੍ਹ ਬਾਰਿਸ਼ ਪਈ ਆ ਹਾਂਜੀ ਅਤੇ ਕੱਲ੍ਹ ਬਾਰਿਸ਼ ਪੈਣ ਨਾਲ ਉੱਤੋਂ ਜਿਹੜਾ ਪੌਦਾ ਧੁੱਪ ਗਿਆ ਤਾਂ ਹੁਣ ਮਾਸ਼ਾਅੱਲਾ ਖੁਸ਼ਗਵਾਰ ਹਰਾ ਕਚਾਰ ਲੱਗ ਰਿਹਾ ਅਤੇ ਦੇਖੋ ਮਾਸ਼ਾਅੱਲਾ ਫੁੱਲ ਵੀ ਲੱਗੇ ਹੋਏ ਨੇ ਟਿੰਡੇ ਵੀ ਲੱਗੇ ਹੋਏ ਨੇ ਵਿੱਚ ਵਿੱਚ ਇਹ ਥੋੜ੍ਹਾ ਛੋਟਾ ਨਰਮਾ ਜੇ ਅੱਗੇ ਚੱਲ ਕੇ ਤੁਹਾਨੂੰ ਵੱਡਾ ਦਿਖਾਉਣਾ ਤਾਂ ਮਾਸ਼ਾਅੱਲਾ ਖਿੜਦਾ ਵੀ ਪਿਆ ਅਤੇ ਦੇਖੋ ਮਾਸ਼ਾਅੱਲਾ ਖੁਸ਼ਗਵਾਰ ਫਸਲ ਹੋ ਗਈ ਬਾਰਿਸ਼ ਪੈਣ ਨਾਲ ਅਤੇ ਮੌਸਮ ਅੱਜ ਵੀ ਮਾਸ਼ਾਅੱਲਾ ਪਿਆਰਾ ਹੈ ਦੇਖੋ ਹਵਾ ਚੱਲ ਰਹੀ ਠੰਡੀ ਠੰਡੀ ਅਤੇ ਬੱਦਲ ਹੋਇਆ ਦਿਖਾ ਤਾਂ ਮਾਸ਼ਾਅੱਲਾ ਇਹਨੂੰ ਅਜੇ ਟਿੰਡਾ ਲੱਗ ਰਿਹਾ ਇਹਦੇ ਵਿੱਚ ਤਿਲਾਂ ਦੇ ਬੂਟੇ ਨੇ ਅੱਗੇ ਆ ਗਿਆ ਪੱਠੇ ਲੂਸਣ ਦੇ ਦੇਖੋ ਪੱਠਿਆਂ ਤੋਂ ਅੱਗੇ ਜਵਾਰ ਦੇ ਪੱਠੇ ਨੇ ਜੰਤਰ ਵਗੈਰਾ ਵਿੱਚ ਬੀਜਿਆ ਹੋਇਆ ਇਸ ਦੇ ਅਗਲੀ ਸਾਈਡ 'ਤੇ ਨਰਮਾ ਵੱਡਾ ਵੱਡਾ ਜਿਹੜਾ ਪਹਿਲੇ ਦਾ ਬੀਜਿਆ ਸੀ ਮਾਸ਼ਾਅੱਲਾ ਉਹਨੂੰ ਖਿੜਿਆ ਪਿਆ ਹੇਠੋਂ ਹੇਠੋਂ ਇੱਕ ਇੱਕ ਦੋ ਦੋ ਟਿੰਡਾ ਖਿੜਦਾ ਪਿਆ ਅਤੇ ਹੋਰ ਚਾਰ ਪੰਜ ਦਿਨਾਂ 'ਚ ਫੁੱਲ ਖਿੜ ਪਿਆਗਾ ਹਾਂਜੀ ਅਤੇ ਆ ਗਿਆ ਨਰਮਾ ਮੇਰਾ ਮਾਸ਼ਾਅੱਲਾ ਟਿੰਡਾ ਚੈੱਕ ਕਰੋ ਬੂਟੇ ਨੂੰ ਮਾਸ਼ਾਅੱਲਾ ਇੱਕ ਬੂਟੇ ਨੂੰ 10-10 ਟਿੰਡੇ ਲੱਗੇ ਨੇ ਮਾਸ਼ਾਅੱਲਾ ਮਿਹਨਤ ਕੀਤੀ ਹੈ ਉੱਤੇ ਅਤੇ ਅੱਲਾ ਤਾਲਾ ਨੇ ਮਿਹਨਤ ਦਾ ਰੰਗ ਲਾ ਤਾ ਮਾਸ਼ਾਅੱਲਾ ਚੈੱਕ ਕਰੋ ਬੂਟੇ ਇੱਧਰ ਉਸਲੀ ਸਾਈਡ ਤੋਂ ਥੋੜ੍ਹਾ ਕੱਦ ਛੋਟਾ ਰਹਿ ਗਿਆ ਬੂਟਿਆਂ ਦਾ ਫਲ ਫੁੱਲ ਮਾਸ਼ਾਅੱਲਾ ਭਰੇ ਹੋਏ ਨੇ ਉਸ ਸਾਈਡ ਤੋਂ ਕੱਦ ਠੀਕ ਹੈ ਇਹ ਸਾਈਡ ਥੋੜ੍ਹਾ ਜਿਹਾ ਮਾਸ਼ਾਅੱਲਾ ਇੱਧਰ ਵੱਡਾ ਵੱਡਾ ਆ ਗਿਆ ਇੱਧਰ ਥੋੜ੍ਹਾ ਕਮਜ਼ੋਰੀ ਸਾਈਡ ਛੋਟਾ ਇੱਧਰੋਂ ਮਾਸ਼ਾਅੱਲਾ ਚੈੱਕ ਕਰੋ ਇਹ ਬੂਟੇ ਨੂੰ ਚੈੱਕ ਕਰੋ ਮਾਸ਼ਾਅੱਲਾ ਟਿੰਡੇ ਮੋਟੇ ਮੋਟੇ ਅਤੇ 10-12 ਟਿੰਡੇ ਤਕਰੀਬਨ ਜ਼ਿਆਦਾ ਹੋ ਜਾਣੇ 15-20 ਹੋ ਜਾਣੇ ਇੱਕ ਬੂਟੇ ਨੂੰ ਮਾਸ਼ਾਅੱਲਾ ਵਿੱਚ ਕੋਈ ਬੂਟੇ ਹੈ ਜਿਹੜੇ ਮਾੜੇ ਜਿਹਨਾਂ ਥੋੜ੍ਹੇ ਟਿੰਡੇ ਬਾਕੀ ਤਾਂ ਮਾਸ਼ਾਅੱਲਾ ਚੈੱਕ ਕਰੋ ਤੁਸੀਂ ਮਾਸ਼ਾਅੱਲਾ ਇਸ ਸਾਈਡ ਦੇਖੋ ਇਹ ਦੇਖੋ ਮਾਸ਼ਾਅੱਲਾ ਖਿੜਿਆ ਖੜਾ ਹੇਠੋਂ ਇਹ ਇੱਕ ਟਿੰਡਾ ਖਿੜਿਆ ਇੱਕ ਦੋ ਇੱਕ ਬੂਟੇ ਦੋ ਖਿੜਿਆ ਨੇ ਉੱਤੋਂ ਬਾਰਿਸ਼ ਕੱਲ੍ਹ ਪੈਣਾ ਨਾ ਥੋੜ੍ਹਾ ਜਿਹਾ ਪਾਸ ਨੂੰ ਫਰਕ ਪਿਆ ਬਾਕੀ ਠੀਕ ਆ ਮਾਸ਼ਾਅੱਲਾ ਖਿੜੀ ਖੜੀ ਹੈ ਅਤੇ ਹੋਰ 4-5 ਦਿਨਾਂ 'ਚ ਇਨਸ਼ਾਅੱਲਾ ਫੁੱਲ ਖਿੜ ਪੈਣੇ ਹੇਠਲੇ ਸਾਰੇ ਟਿੰਡੇ ਫਿਰ ਚੁਣਾਈ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੀ ਅਤੇ ਮਾਸ਼ਾਅੱਲਾ ਦੇਖੋ ਇਹ ਸਾਈਡ ਵੀ ਥੋੜ੍ਹੀ ਕਮਜ਼ੋਰੀ ਰਹਿ ਗਈ ਇੱਥੇ ਗੰਦ ਪਹਿਲਾਂ ਘਾਹ ਵਗੈਰਾ ਜ਼ਿਆਦਾ ਇਸ ਲਈ ਇਹਨੂੰ ਹੋਣ ਨਹੀਂ ਦੇ ਰਿਹਾ ਘਾਸ ਵਗੈਰਾ ਅਤੇ ਆ ਗਿਆ ਇੱਥੇ ਇਹ ਟਿੱਬੀ ਜੀ ਇੱਥੇ ਟਿੱਬੀ ਦੇ ਬੀਜੇ ਇੱਥੇ ਸਬਜ਼ੀ ਇਹ ਰਵਾਵਾਂ ਦੇ ਬੀਜੇ ਹੋਏ ਨੇ ਮਾਸ਼ਾਅੱਲਾ ਲੱਗੀਆਂ ਖੜੀਆਂ ਫਲੀਆਂ ਦੇਖੋ ਅੱਗੇ ਦੋ ਦਫ਼ਾ ਤੋੜ ਕੇ ਅਸੀਂ ਪਕਾਈ ਖੜੇ ਹਾਂ ਦੁਬਾਰਾ ਫਿਰ ਲੱਗ ਗਈਆਂ ਬਹੁਤ ਜਲਦ ਲੱਗਦੀਆਂ ਨੇ ਵਿੱਚ ਪੱਕ ਵੀ ਗਈਆਂ ਜੇ ਕਈ ਇੱਕ ਬੂਟਾ ਇਹ ਖੜਾ ਬਾਕੀ ਉਹ ਅਗਲੇ ਨਰਮੇ 'ਚ ਨੇ ਕਾਫੀ ਬੀਜੀ ਹੋਈ ਸਬਜ਼ੀ ਰਵਾਵਾਂ ਦੀਆਂ ਵੱਲਾਂ ਜ਼ਿਆਦਾ ਨੇ ਮਾਸ਼ਾਅੱਲਾ ਦਵਾ ਦੋ ਲੱਗੀ ਜਾ ਰਹੇ ਨੇ ਦੇਖੋ ਇਸ ਸਾਈਡ ਤੋਂ ਦੇਖੋ ਮਾਸ਼ਾਅੱਲਾ ਕੱਦ ਦੇਖੋ ਨਾ ਇਹ ਭਿੰਡੀਆਂ ਦੇ ਬੂਟੇ ਆ ਗਏ ਹਾਂਜੀ ਅਤੇ ਇਹ ਟਿੰਡਿਆਂ ਦੀ ਵੱਲ ਟਿੰਡਿਆਂ ਦੇ ਵੀ ਲਾਏ ਸੀ ਇੱਕ ਹੀ ਵੱਲ ਹੋਈ ਅਤੇ ਇੱਕ ਹੀ ਆ ਕੱਦੂਆਂ ਦੀ ਹੋਈ ਇਹ ਕੱਦੂਆਂ ਦੀ ਉਹ ਖੱਟੇ ਫੁੱਲਾਂ ਦੀ ਟਿੰਡਿਆਂ ਦੀ ਇਹ ਦੇਖੋ ਹੁਣ ਫੁੱਲ ਲੱਗ ਗਏ ਫੁੱਲਾਂ ਦੇ ਟਿੰਡੇ ਬਣਦੇ ਨੇ ਪਕਾਉਣ ਵਾਲੇ ਟਿੰਡੇ ਅਤੇ ਭਿੰਡੀ ਵੇਖੋ ਮਾਸ਼ਾਅੱਲਾ ਭਿੰਡੀਆਂ ਦੇ ਬੂਟੇ ਵੀ ਕਾਫੀ ਹੋ ਗਏ ਰਵਾਵਾਂ ਦੇ ਵੀ ਬਸ ਟਿੰਡਿਆਂ ਦਾ ਇੱਕ ਹੀ ਹੋਇਆ ਅਤੇ ਇੱਕ ਹੀ ਕੱਦੂਆਂ ਦੀ ਵੱਲ ਹੋਈ ਦੋਸਤੋ ਦਾ ਨਰਮੇ ਦਾ ਵਿਜ਼ਿਟ ਕਰਾ ਤਾ ਮੈਂ ਆ ਗਿਆ ਸੜਕ ਅਤੇ ਨਹਿਰ ਦੇ ਉੱਤੇ ਇਹ ਦੇਖੋ ਨਹਿਰ ਮਾਸ਼ਾਅੱਲਾ ਮੌਸਮ ਬਹੁਤ ਪਿਆਰਾ ਹੈ ਜਵਾਏ ਵਾਲਾ ਮੌਸਮ
इंजॉय कर रहे हैं नाले दानू फसल दिखा रहे हैं हम अगे चलने अगे दानू एक और। हाँ जी दोस्तों तो मैं आ गया अपने तिली को, माशाल्लाह तिली चेक करो, एक ही पानी लाया सिर्फ तो खाद पाई है, माशाल्लाह चगी बड़ी बड़ी हो गई। ऐ देखो ए फलियाँ लगी हैं छोटी छोटी, ए जड़ी ए तोड़ के दाने दिखाना, ए चीज़ इन दाने ने तिली है जो तिल होंगे ना इस तरह की, ये तिली है तो ये जड़े फिर पक जाएगी बस, और इस महीने के पक जानी है तो फिर इन वड के अगली फसल बीज देंगे। ए देखो ए बिच खोली ए लगी हैं बिच छोटे छोटे दाने पकते पे जड़े, तो यह देखो माशाल्लाह सफेद सफेद फुल खूबसूरत बड़ी बड़ी हुई खड़ी माशाल्लाह। तो माशाल्लाह याद किए बहुत ज़्यादा लोगों ने बीजी है, सुने इन रेट ज़्यादा है नाले, तो एक साल च दो फसल हो जाएं में, मतलब कि पहले बीजी दो महीनों से तैयार, इन वड के अगली फसल बीज लो, वो वड के अगू फिर कनक भी बीज सकते, तीन फसल ले सकते हैं, उदा नरमा बीजांगे नरमे तो बाद कनक तो बस दो फसल इदा तीन लै सकने, तो इनका रेट भी माशाल्लाह चंगा है सुने 20,000 है, बाकी अल्लाह खैर करेगा जो वड़ांगे तो पता लगेगा कढ़ांगे तो मंडी का रेटा ना, तो माशाल्लाह ऐद के लोगों काफ़ी बीजी हुई है। बस ऐ देखो माशाल्लाह सीधी एक बूटा है बस फलियाँ लगी हैं नाल ना। माशाल्लाह दोस्तों तुम्हें फसलों का विजिट कराता है, माशाल्लाह हवा ठंडी ठंडी लगी जाती, दिल करता इतने बस सुकून में खड़े रहिए, माशाल्लाह बहुत प्यारा मौसम है, तो उम्मीद करना तुम्हें वीडियो पसंद आई है कि जो पसंद आई लाइक सबसक्राइब जरूर करो, तो कमेंट में अपनी राय का इजहार करो किवें लगे व्लॉग, तो सपोर्ट यार जरूर करया करो, तो सपोर्ट नहीं करते इस वास्ते मैं बस बिचों वीडियो बनानी छड़ गया सी, तो दोबारा फिर मैं क्या चलो बनावा तुम अपने फसलों शेयर करा, हूँ तो माशाल्लाह नरमे बड़े बड़े हो गए ने, सपोर्ट करो यार मेरे चैनल में अगे पहुँचाओ अगे शेयर करो, जल्द से जल्द मेरा वॉच टाइम पूरा कराओ सब्सक्राइब पूरे कराओ, साडा फायदा होवे दोस्तों का व्यूवर। हाँ जी दोस्तों जा रहे सी ते रस्ते चे नरमा, तो यह देखो एक बिच सब्जी का बूटा खड़ा है, तो चांत लई होगी जिन्हें दोस्तों पता है एक किस चीज़ की यह बूटा है, जिन्हें नहीं पता ना मैं दसना है, देखो ए फलियां भी लगियां, ये ने रवावां दी फलियां और गुवारे दी फलियां, सॉरी गुवारे का बूटा है वो पिछे जल दिखाई मैं बीजी रवावां दी, ये गुवारे है इस तरह फलियां इन छोटिया छोटिया लगदियां ने। उम्मीद करना वीडियो पसंद आएगी, जो वीडियो पसंद आई लाइक सब्सक्राइब जरूर करो, कमेंट करो कैसी लगी, बेल आइकन प्रेस करो, आने वाली हर मज़ेदार वीडियो दादे तक पहुँचती रहे, मिलने हैं नेक्स्ट वीडियो से, उदू तक अल्लाह हाफिज़।